ਸਤਿ ਸ਼੍ਰੀ ਅਕਾਲ, ਮੈਂ ਜਸ ਚਾਵਲਾ ਡੈਸਟਰੀ ਬੋਰਡ ਤੋਂ। ਸੋ ਜਿੱਥੇ ਕੈਨੇਡਾ ਨੂੰ ਲੈ ਕੇ ਖਬਰਾਂ ਦਾ ਬਾਜ਼ਾਰ ਬਹੁਤ ਗਰਮ ਹੈ, ਕੁਝ ਕੰਸਲਟੈਂਟ ਨੇ ਨੈਗੇਟਿਵਿਟੀ ਮਾਰਕੀਟ 'ਚ ਫੈਲਾ ਦਿੱਤੀ ਹੈ, ਲੇਕਿਨ ਤੁਸੀਂ ਅੱਜ ਵੀ ਮੇਰੇ ਪੇਜ 'ਤੇ ਜਾ ਕੇ ਦੇਖ ਸਕਦੇ ਹੋ, ਹਰ ਰੋਜ਼ ਕੈਨੇਡਾ ਦੇ ਕਈ ਵੀਜ਼ਾਸ ਆ ਰਹੇ ਆ। 5.5 ਬੈਂਡ, 1 ਚੋਂ, 2 ਚੋਂ, 3 ਚੋਂ ਤਾਂ ਵੀ ਵੀਜ਼ਾਸ ਆ ਰਹੇ ਆ। 5-5 ਸਾਲ ਗੈਪ ਦੇ ਬੱਚਿਆਂ ਦੇ ਵੀਜ਼ਾਸ ਵੀ ਆ ਰਹੇ ਆ। 31 ਮਾਰਚ ਤੋਂ ਬਾਅਦ ਜਿਹੜੇ +2 ਵਾਲੇ ਬੱਚੇ ਨੇ, ਜਦੋਂ ਉਹਨਾਂ ਦੀ ਫਾਈਨਲ ਲੱਗਣਗੀਆਂ ਅਟੈਸਟੇਸ਼ਨ ਲੈਟਰ ਦੇ ਨਾਲ, ਉਹਨਾਂ ਦਾ ਵੀਜ਼ਾ ਵੀ ਸੇਮ ਆਉਣਗੇ। ਵੀਜ਼ਾ ਦੇ ਵਿੱਚ 35% ਦੇ ਗ੍ਰਾਵਿਡ ਦਾ ਇਫੈਕਟ ਤੁਹਾਡੇ ਉੱਤੇ ਨਹੀਂ ਪੈਣਾ, ਜੇਕਰ ਤੁਹਾਡਾ ਪ੍ਰੋਫਾਈਲ ਵਧੀਆ, ਤੁਹਾਡੇ ਵੀਜ਼ਾਸ ਆਉਣਗੇ। ਸੋ ਅੱਜ ਮੈਂ ਬੈਚਲਰ ਡਿਗਰੀ ਵਾਲੇ ਸਟੂਡੈਂਟਸ ਨੂੰ, ਜਿਨ੍ਹਾਂ ਨੇ ਇੰਡੀਆ ਤੋਂ ਬੈਚਲਰ ਕੀਤੀ ਹੈ, ਮਾਸਟਰ ਡਿਗਰੀ ਕਰਨ ਲਈ ਕੈਨੇਡਾ ਜਾਣਾ ਚਾਹੁੰਦੇ ਆ, ਪਰਿਵਾਰ ਸਮੇਤ ਜਾਣਾ ਚਾਹੁੰਦੇ ਆ, ਬੱਚਿਆਂ ਸਮੇਤ ਜਾਣਾ ਚਾਹੁੰਦੇ ਆ, ਇੰਡੀਆ ਤੋਂ ਹੀ ਸਭ ਦਾ ਵੀਜ਼ਾ ਇਕੱਠਿਆਂ ਦਾ ਲੱਗੇਗਾ। ਸੋ ਮੈਂ ਉਹਨਾਂ ਨੂੰ ਇਨਵਾਈਟ ਕਰਦਾ, ਤੁਸੀਂ ਆਪਣੀ ਫਾਈਲ 31 ਮਾਰਚ ਤੋਂ ਪਹਿਲਾਂ ਵੀ ਲਗਾ ਸਕਦੇ ਹੋ। ਮਾਸਟਰ ਡਿਗਰੀ ਕਰਨ ਵਾਲੇ ਬੱਚਿਆਂ ਨੂੰ ਕੋਈ ਵੀ ਪ੍ਰੋਵਿੰਸ ਵੱਲੋਂ ਅਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਹੈਗੀ। ਤੁਸੀਂ ਅੱਜ ਵੀ ਕੈਨੇਡਾ ਦਾ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਹੋ, ਪਰਿਵਾਰ ਸਮੇਤ ਕਰ ਸਕਦੇ ਹੋ। ਇੰਡਸਟਰੀ ਦੀ ਪੋਲਿਸੀ ਤੁਹਾਨੂੰ ਪਤਾ ਹੀ ਹੈ, ਤੁਸੀਂ ਵੀਜ਼ੇ ਤੋਂ ਪਹਿਲਾਂ ਕੋਈ ਪੈਸਾ ਨਹੀਂ ਦੇਣਾ, ਤੁਸੀਂ ਸਾਰੇ ਪੈਸੇ ਵੀਜ਼ਾ ਲਗਾਉਣ ਤੋਂ ਬਾਅਦ ਦੇਣੇ ਆ। ਤੁਹਾਡੀ ਐਮਬੈਸੀ ਫੀਸ, ਤੁਹਾਡੇ ਬਾਇਓਮੈਟ੍ਰਿਕ ਚਾਰਜਿਸ ਜਾਂ ਕੈਨੇਡਾ ਦੇ ਫਾਈਲ ਦੇ ਜਿਹੜੇ ਕੋਈ ਵੀ ਚਾਰਜਿਸ ਨੇ, ਤੁਸੀਂ ਸਾਰੇ ਪੈਸੇ ਵੀਜ਼ਾ ਲਗਾਉਣ ਤੋਂ ਬਾਅਦ ਦੇਣੇ ਆ। ਵਧੇਰੇ ਜਾਣਕਾਰੀ ਤੁਸੀਂ 81 ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, ਤੁਸੀਂ ਮੈਨੂੰ ਵੀ ਆ ਕੇ ਮਿਲ ਸਕਦੇ ਹੋ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ।